हेलो फ्रेंड्स, वेलकम टू माय चैनल नॉलेज क्रेजीनेस। एंड आज असं शुरू करने जा रहे हैं पॉलिटी की सीरीज, जिस असी अज पहला लैक्चर रखे है कि शड्यूल्स इंडियन कॉन्स्टिट्यूशन शड्यूल किन्ने शड्यूल ने, एंड जो इंडियन कॉन्स्टिट्यूशन बनया उस वे किन्ने शड्यूल से, क्योंकि कंपीटिशन डायरैक्ट ही अगर पॉलिटी का कोई पार्ट तेरे कंपीटिशन आता उस डायरैक्ट क्वेश्चन बनते हैं, शड्यूल बनते हैं, फंडामेंटल राइट्स बनते हैं, फंडामेंटल ड्यूटीज जां कुछ आर्टिकल जिहड़े इंपोर्टेंट आर्टिकल पुछ लैंदे ने डायरैक्ट जां सीधे डायरैक्ट शड्यूल ते क्वेश्चन तुहाडे कोल आ जांदा। सो 12 शड्यूल ने इंडियन संविधान विच, इंडियन कॉन्स्टिट्यूशन विच, जिन्हां विचों आपां पहले जिहड़े 6 शड्यूल है उह डिस्कस करन जा रहे हां। इह दसणा चाहांगा कि जदों फस्ट टाइम बणिया सी 26 जनवरी 1950 जदों इंडियन संविधान लागू होया सी, उस वेले जिहड़े शड्यूल सन ਉਹ ਸਾਡੇ ਕੋਲ ਸਾਡੇ ਸੰਵਿਧਾਨ ਵਿੱਚ 8 ਸਨ। ਐਂਡ ਅੱਜ ਦੀ ਪ੍ਰੈਜ਼ੈਂਟਲੀ ਡੇਟ ਉੱਤੇ ਸਾਡੇ ਕੋਲ ਜਿਹੜੇ ਸ਼ਡਿਊਲ ਨੇ ਟੋਟਲ ਉਹਨਾਂ ਦੀ ਗਿਣਤੀ ਹੈ ਜਿਹੜੀ ਉਹ 12 ਹੈ। ਐਂਡ 9ਵਾਂ, 10ਵਾਂ, 11ਵਾਂ, 12ਵਾਂ ਇਹ 4 ਸ਼ਡਿਊਲ ਬਾਅਦ ਵਿੱਚ ਸੰਵਿਧਾਨਕ ਅਮੈਂਡਮੈਂਟ ਰਾਹੀਂ ਸਾਡੇ ਸੰਵਿਧਾਨ ਵਿੱਚ ਐਡ ਕੀਤੇ ਹੋਏ ਹਨ। ਸੋ ਲੈਟਸ ਸਟਾਰਟ, ਅੱਜ ਅਸੀਂ ਡਿਸਕਸ ਕਰਦੇ ਹਾਂ ਪਹਿਲਾ ਸ਼ਡਿਊਲ। ਇਹ ਜਿਹੜਾ ਮੇਨ ਪਾਰਟ ਹੈ ਸਾਰਾ ਹੀ ਕ੍ਰੈਮਿੰਗ ਦਾ ਪਾਰਟ ਹੈ। ਐਂਡ ਇਹ ਜਿਹੜੇ ਜਿੰਨੇ ਵੀ ਸ਼ਡਿਊਲ ਹੈਗੇ ਨੇ ਉਹਨਾਂ ਦੀ ਲਿਸਟ ਪੜ੍ਹ ਕੇ ਹੀ ਲਗਭਗ ਤੁਹਾਨੂੰ ਸਾਰਾ ਪਤਾ ਲੱਗ ਜੂਗਾ ਕਿ ਉਹਦੇ ਵਿੱਚ ਕੀ ਹੋਵੇਗਾ। ਇਹ ਕੁਝ ਇਨਫੋਰਮੇਸ਼ਨ ਹੁੰਦੀ ਹੈ ਜਿਹੜੀ ਇਹਦੇ ਵਿੱਚ ਸੰਵਿਧਾਨ ਦੇ ਵਿੱਚ ਰੱਖੀ ਹੁੰਦੀ ਹੈ। ਸੋ ਪਹਿਲੇ ਜਿਹੜਾ ਪਹਿਲਾ ਸ਼ਡਿਊਲ ਹੈ ਉਹਦਾ ਨਾਂ ਕੀ ਦੱਸਿਆ ਹੋਇਆ ਉਹਨਾਂ ਨੇ, ਪਹਿਲਾ ਸ਼ਡਿਊਲ ਲਿਸਟ ਆਫ ਸਟੇਟਸ ਐਂਡ ਯੂਨੀਅਨ ਟੈਰੀਟਰੀਜ਼। ਇੱਕ ਪੂਰੇ ਇੰਡੀਆ ਦੀ ਜਿਹੜੀ ਟੈਰੀਟਰੀ ਹੈ ਉਹਦੇ ਵਿੱਚ ਟੋਟਲ ਕਿੰਨੀਆਂ ਸਟੇਟਸ ਨੇ ਐਂਡ ਕਿੰਨੀਆਂ ਯੂਨੀਅਨ ਟੈਰੀਟਰੀਜ਼ ਨੇ, ਉਹਦੀ ਜਿਹੜੀ ਡਿਟੇਲ ਹੈ ਉਹ ਕਿਹਦੇ ਵਿੱਚ ਹੁੰਦੀ ਹੈ, ਸ਼ਡਿਊਲ 1 ਵਿੱਚ ਹੁੰਦੀ ਹੈ। ਐਂਡ ਇਹਦਾ ਨਾਂ ਕੀ ਹੈ, ਇਹ ਜਿਹੜਾ ਨਾਮ ਹੈ ਲਿਖਿਆ ਹੈ ਇਹ ਐਜ਼ ਇਟ ਇਜ਼ ਕੌਨਸਟੀਟਿਊਸ਼ਨ ਦੀ ਜਿਹੜੀ ਵਕੈਬ ਹੈ, ਜਿਹੜੀ ਉਹਦੀ ਟਰਮੀਨੋਲੋਜੀ ਹੈ ਉਹਨੂੰ ਹੀ ਫੋਲੋ ਕਰਦੇ ਲਿਖੇ ਹੋਏ ਹੈ। ਇਹਦੇ ਵਿੱਚ ਇੱਕ ਵੀ ਸਪੈਲਿੰਗ ਇੱਧਰ ਉੱਧਰ ਅਸੀਂ ਨਹੀਂ ਕਰ ਸਕਦੇ। ਸੋ ਪਹਿਲਾ ਕੀ ਸੀ, ਜਿਹਦੇ ਵਿੱਚ ਪੂਰੀ ਸਟੇਟਸ ਐਂਡ ਯੂਨੀਅਨ ਟੈਰੀਟਰੀਜ਼ ਦੀ ਪੂਰੀ ਲਿਸਟ, ਕਿ ਕਿਹੜੀਆਂ ਯੂਨੀਅਨ ਟੈਰੀਟਰੀਜ਼ ਨੇ, ਕਿੰਨੀਆਂ ਸਾਰੀਆਂ ਸਟੇਟਸ ਨੇ, ਉਹ ਪਹਿਲੇ ਸ਼ਡਿਊਲ ਵਿੱਚ ਦੱਸੀਆਂ ਹੋਈਆਂ ਨੇ। ਹੁਣ ਅਗਲੇ ਸ਼ਡਿਊਲ, ਸੈਕਿੰਡ ਸ਼ਡਿਊਲ ਦਾ ਨਾਂ ਕੀ ਹੈ, ਸੈਲਰੀਜ਼। ਸੋ ਸੈਲਰੀ ਵਿੱਚ ਕੀ ਆਉਂਦਾ ਵੈ ਕਿ ਜਿੰਨੇ ਵੀ ਸਾਡੇ ਕੋਲ ਕੌਨਸਟੀਟਿਊਸ਼ਨਲ ਅਹੁਦੇ ਨੇ, ਕੌਨਸਟੀਟਿਊਸ਼ਨਲ ਸਾਡੇ ਕੋਲ ਪੋਸਟਾਂ ਨੇ, ਉਹਨਾਂ ਦੇ ਜਿਹੜੇ ਪਰਸਨਸ ਬੈਠੇ ਹੋਏ ਨੇ ਉਹਨਾਂ ਦੀਆਂ ਸੈਲਰੀਜ਼ ਦੇ ਰਿਗਾਰਡਿੰਗ, ਲਾਈਕ ਪ੍ਰੈਜ਼ੀਡੈਂਟ ਦੀ ਸੈਲਰੀ ਦੇ ਰਿਗਾਰਡਿੰਗ, ਲਾਈਕ ਪ੍ਰਾਈਮ ਮਿਨਿਸਟਰ ਦੀ ਸੈਲਰੀ ਦੇ ਰਿਗਾਰਡਿੰਗ, ਉਹ ਸਾਰੀ ਡਿਟੇਲ ਕਿਹੜੇ ਸ਼ਡਿਊਲ ਵਿੱਚ ਮੈਂਸ਼ਨ ਹੁੰਦੀ ਹੈ, ਉਹ ਸੈਕਿੰਡ ਸ਼ਡਿਊਲ ਵਿੱਚ ਮੈਂਸ਼ਨ ਹੁੰਦੀ ਹੈ। ਅਤੇ ਉਸ ਤੋਂ ਅੱਗੇ ਥਰਡ ਸ਼ਡਿਊਲ ਵਿੱਚ ਕੀ ਆਉਂਦਾ ਹੈ, ਫੋਰਮਸ ਆਫ ਔਥ ਐਂਡ ਐਫਰਮੇਸ਼ਨਸ। ਸੋ ਤੁਸੀਂ ਦੇਖਿਆ ਹੋਵੇਗਾ ਕਿ ਜਨਰਲ ਇਲੈਕਸ਼ਨ ਤੋਂ ਬਾਅਦ ਜਦੋਂ ਪ੍ਰਾਈਮ ਮਿਨਿਸਟਰ ਆਪਣੇ ਅਹੁਦੇ ਦੀ ਸਹੁੰ ਚੁੱਕਦਾ ਹੈ, ਸੋ ਉਹ ਸਾਰੀਆਂ ਹੀ ਹਰੇਕ ਇੱਕ ਲੀਡਰ ਦੀ, ਹਰੇਕ ਇੱਕ ਡੈਜ਼ੀਗਨੇਸ਼ਨ ਦੀ ਇੱਕ ਵੱਖਰੀ ਓਥ ਹੁੰਦੀ ਹੈ। ਸੋ ਉਹ ਓਥ ਕਿਸ ਸ਼ਡਿਊਲ ਵਿੱਚ ਸੰਵਿਧਾਨ ਦੇ ਮੈਂਸ਼ਨ ਹੁੰਦੀ ਹੈ, ਉਹ ਸ਼ਡਿਊਲ 3 ਵਿੱਚ ਉਹ ਸਾਰੀਆਂ ਓਥ, ਕਿ ਪ੍ਰਾਈਮ ਮਿਨਿਸਟਰ ਨੇ ਕਿਹੜੀ ਓਥ ਲੈਣੀ ਹੈ ਐਂਡ ਪ੍ਰੈਜ਼ੀਡੈਂਟ ਨੇ ਕਿਹੜੀ ਓਥ ਲੈਣੀ ਹੈ, ਉਹ ਸਾਰੀਆਂ ਜਿਹੜੀਆਂ ਫੋਰਮਸ ਆਫ ਓਥਸ ਹੈ ਉਹ ਕਿਹੜੇ ਸ਼ਡਿਊਲ ਵਿੱਚ ਮੈਂਸ਼ਨ ਹੁੰਦੀਆਂ ਨੇ, ਥਰਡ ਸ਼ਡਿਊਲ ਵਿੱਚ ਮੈਂਸ਼ਨ ਹੁੰਦੀਆਂ ਨੇ। ਸੋ ਉਹ ਤੋਂ ਬਾਅਦ ਐਲੋਕੇਸ਼ਨ ਆਫ ਸੀਟਸ ਫਰੋਮ ਸਟੇਟਸ ਇਨ ਰਾਜ ਸਭਾ, ਕਿ ਕਿਹੜੀ 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 ਸਟੇਟਸ, ਜਿੰਨੀਆਂ ਵੀ ਸਟੇਟਸ ਨੇ ਭਾਰਤ ਵਿੱਚ, ਉਹਦੇ ਵਿੱਚ ਜਿਹੜੀਆਂ ਰਾਜ ਸਭਾ ਦੀਆਂ ਜਿਹੜੀਆਂ ਸੀਟਸ ਨੇ ਹਰੇਕ ਸਟੇਟਸ ਨੂੰ ਕਿੰਨੀਆਂ ਐਲੋਕੇਟ ਕੀਤੀਆਂ ਹੋਈਆਂ ਨੇ। ਜਿੱਦਾਂ ਪੰਜਾਬ ਦੀਆਂ ਆਪਾਂ ਗੱਲ ਕਰੀਏ ਤਾਂ ਪੰਜਾਬ ਵਿੱਚ 7 ਸੀਟਾਂ ਨੇ ਰਾਜ ਸਭਾ ਵਿੱਚ ਜਿਹੜੀਆਂ ਐਲੋਕੇਟ ਕੀਤੀਆਂ ਹੋਣ, ਉਹ ਸਾਰੀਆਂ ਸਟੇਟ ਵਾਈਜ਼ ਜਿਹੜੀ ਡਿਟੇਲ ਹੈ ਉਹ ਸਾਨੂੰ ਕਿਹੜੇ ਸ਼ਡਿਊਲ ਕਿਹੜੇ ਨੰਬਰ ਵਿੱਚ ਮਿਲਦੀਆਂ ਨੇ ਉਹ ਚੌਥੇ ਸ਼ਡਿਊਲ ਵਿੱਚ ਦਰਸਾਈਆਂ ਹੋਈਆਂ ਹਨ। ਉਹ ਤੋਂ ਬਾਅਦ 5ਵਾਂ ਅਤੇ 6ਵਾਂ, ਜਿੱਥੇ ਮੋਸਟ ਆਫ ਦਾ ਕੁਐਸਚਨ ਪੁੱਛੇ ਜਾਂਦੇ ਨੇ ਐਗਜ਼ਾਮ ਦੇ ਵਿੱਚ, ਕਿਉਂਕਿ ਥੋੜ੍ਹਾ ਜਿਹਾ ਕਨਫਿਊਜ਼ਿੰਗ ਹੈ, ਯਾਦ ਰੱਖਿਓ ਕਿ ਮੇਨ ਜਿਹੜਾ ਇਹਦਾ ਜਿਹੜਾ ਮੇਨ ਇਹਦਾ ਸਬਜੈਕਟ ਹੈ ਐਡਮਿਨਿਸਟ੍ਰੇਸ਼ਨ ਐਂਡ ਕੰਟਰੋਲ ਆਫ ਸ਼ਡਿਊਲ ਏਰੀਆ ਐਂਡ ਟ੍ਰਾਈਬਸ, ਐਂਡ 6ਵਾਂ ਕੀ ਹੈ, ਐਡਮਿਨਿਸਟ੍ਰੇਸ਼ਨ ਐਂਡ ਕੰਟਰੋਲ ਆਫ ਸ਼ਡਿਊਲ ਏਰੀਆ ਐਂਡ ਟ੍ਰਾਈਬਸ ਫੋਰ ਨੌਰਥ ਈਸਟਰਨ ਸਟੇਟਸ। ਨੌਰਥ ਈਸਟਰਨ ਸਟੇਟਸ ਜਿਹੜੀਆਂ ਸਾਡੇ ਕੋਲ ਅਸਾਮ ਹੋ ਗਿਆ, ਮੇਘਾਲਿਆ ਹੋ ਗਿਆ, ਮਣੀਪੁਰ ਹੋ ਗਿਆ, ਮਿਜ਼ੋਰਮ ਹੋ ਗਿਆ, ਉਹ ਜਿਹੜੀਆਂ ਸਾਰੀਆਂ ਇੱਕ ਸਾਈਡ ਨੂੰ ਸਟੇਟਸ ਪੈਂਦੀਆਂ ਨੇ, ਟੋਟਲ ਕਿੰਨੀਆਂ ਸਟੇਟਸ ਨੇ, ਉਹ 8 ਨੇ। ਉਹਨਾਂ ਨੂੰ ਸਾਡੇ ਸੰਵਿਧਾਨ ਵਿੱਚ ਇੱਕ ਵੱਖਰਾ ਅਹੁਦਾ ਜਿਹੜਾ ਦਿੱਤਾ ਹੋਇਆ ਹੈ, ਐਂਡ ਉਹ ਸਾਰੀ ਡਿਟੇਲ ਉਹ ਉੱਥੇ ਕਿਹੜੀਆਂ ਕਿਹੜੀਆਂ ਐਡਮਿਨਿਸਟ੍ਰੇਸ਼ਨ ਐਂਡ ਕੰਟਰੋਲ ਕਿੱਦਾਂ ਯੂਜ਼ ਹੋਣੇ ਨੇ ਉਹ ਕਿਹਦੇ ਵਿੱਚ 6ਵੇਂ ਸ਼ਡਿਊਲ ਵਿੱਚ ਦਿੱਤੀਆਂ ਹੋਈਆਂ ਨੇ, ਅਤੇ ਬਾਕੀ ਸਾਰੀਆਂ ਸਟੇਟਸ ਵਿੱਚ ਸ਼ਡਿਊਲ ਏਰੀਆ ਐਂਡ ਟ੍ਰਾਈਬਸ ਕਿਹੜੀਆਂ ਕਿਹੜੀਆਂ ਪਾਈਆਂ ਜਾਂਦੀਆਂ ਨੇ ਕਿਹੜੇ ਸਟੇਟ ਵਿੱਚ, ਉਹਦੀ ਸਾਰੀ ਡਿਟੇਲ ਹੈ ਜਿਹੜੀ ਉਹ ਸਾਨੂੰ 5ਵੇਂ ਸ਼ਡਿਊਲ ਵਿੱਚ ਮਿਲਦੀ ਹੈ। ਸੋ ਅੱਜ ਦੇ ਦਿਨ ਵਿੱਚ ਅਸੀਂ ਆਪਾਂ ਪਹਿਲੇ ਜਿਹੜੇ 6 ਸ਼ਡਿਊਲ ਸੀ ਉਹ ਡਿਸਕਸ ਕਰ ਲਏ ਆ, ਅਤੇ ਅਗਰ ਤੁਸੀਂ ਅਗਲੀ ਵੀਡੀਓ ਦੇ ਅਗਲੇ ਸ਼ਡਿਊਲ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਉਹਦੇ ਲਈ ਤੁਸੀਂ ਮੇਰੀ ਅਗਲੀ ਵੀਡੀਓ ਦੇਖ ਸਕਦੇ ਹੋ। ਐਂਡ ਗਾਇਜ਼, ਪਲੀਜ਼ ਡੂ ਲਾਈਕ ਐਂਡ ਸਬਸਕ੍ਰਾਈਬ ਮਾਈ ਚੈਨਲ।
ਐਂਡ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜਿਹੜੀ ਇਨਫੋਰਮੇਸ਼ਨ ਹੈ ਸਾਰੇ ਤੱਕ ਪਹੁੰਚ ਸਕੇ। ਥੈਂਕ ਯੂ ਵੈਰੀ ਮੱਚ।